सत श्री अकाल जी सारिआं नूं। मेरा नाम गुरविंदर सिंह ते मैं सीपी कंपनी दे विच काम करदा। अज असीं इत्थे बहादुरपुर आए मक्की देखण, अपनी मक्की लगी हुई थी सीपी 666। मेरे नाम बई रुपिंदर होरी ने, आपां इहनां दा रिव्यू लवांगे। सब तो पहलां बई जी की नाम है तुहाडा? रुपिंदर सिंह। ते पिंड किहड़ा अपना? बहादुरपुर। ते तहसील किहड़ी पैंदी आपां नूं? संगरूर। संगरूर ते डिस्ट्रिक्ट वी संगरूर पैंदी आ। ते तुसीं इस वार किहड़ा बी लाया सीगा? जे तू पिछे नूं करके दिखाओगे थोड़ा पता लगदा कि 8-9 फुट दी हाइट है ना। 8-9 फुट दी हाइट आ। ਤੇ ਬਾਕੀਆਂ ਕੰਪਨੀਆਂ ਦੀਆਂ ਵੀ ਮੱਕੀਆਂ ਲੱਗੀਆਂ ਨੇ ਇੱਥੇ, ਜਿਵੇਂ ਉੱਧਰ ਲੱਗੀਆਂ, ਉਹਨਾਂ ਨਾਲ ਕੀ ਫਰਕ ਲੱਗਾ ਬਈ? ਉਧਰ ਨੂੰ ਬਹੁਤ ਫਰਕ ਹੈ ਜੀ, ਕੱਦ ਦਾ ਬਹੁਤ ਫਰਕ ਹੈ ਜੀ। ਠੀਕ ਹੈ। ਸੱਲੀ ਐ ਲਾ ਲਓ 2-3 ਤੱਕਰ ਸੱਲੀ ਆ। ਠੀਕ ਹੈ। 8-9 ਫੁੱਟ ਕੱਦ ਬਹੁਤ ਵਧੀਆ ਜੀ ਇਹਦਾ, ਬਹੁਤ ਵਧੀਆ, ਸੋਹਣੀ ਲੱਗ ਰਹੀ ਆ। ਠੀਕ ਹੈ। ਹਾਂਜੀ ਹਾਂ, ਉਹ ਵੀ ਲਾਈ ਆ, ਉਹਦੇ ਨਾਲੋਂ ਇਹ ਸਾੜੀ ਬਿਹਤਰ ਆ ਜੀ, 20 ਹੋਰ ਵੀ ਲਾਉਣੇ। ਤੇ ਤੁਸੀਂ ਕੀ ਕਹਿੰਦੇ ਕਿ ਜਿੰਨੇ ਹੋਰ ਵੀ ਲਾਏ ਨੇ ਬਾਕੀਆਂ ਨਾਲੋਂ ਇਹ ਪੂਰਾ ਨਿਰੋਲ ਆ, ਖਰਾ ਵੀ ਆ? ਪੂਰਾ ਬਹੁਤ ਵਧੀਆ ਵੀ, ਕੱਦ ਬਹੁਤ ਵਧੀਆ ਜੀ। ਠੀਕ ਹੈ। ਇਦਾਂ ਸੱਲੀ ਦੱਸ ਰਹੀ ਆ, 1 ਫੁੱਟ ਦੇ ਕਰੀਬ ਜਾ ਰਹੀ ਆ ਜੀ, ਇੱਕ ਹੱਥ ਲਾ ਲਓ ਕਹਿ ਲਓ ਆਪਾਂ। ਜੀ ਜੀ ਜੀ। ਹਾਂਜੀ ਹਾਂ। ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿਸਾਨ ਭਰਾਵਾਂ ਨੂੰ ਵੀ ਆਉਂਦੇ ਸਾਲਾਂ ਨੂੰ ਅਚਾਰ ਵਾਸਤੇ ਮੱਕੀ ਵੀ ਇਹ ਕਿਹੜਾ ਬੀਜ ਲਾਇਆ? ਬਿਲਕੁਲ ਲਾਵੋ ਜੀ, ਸੀਪੀ 666 ਤਾਂ ਜ਼ਰੂਰ ਲਾਵੋ ਜੀ। ਠੀਕ ਹੈ ਬਾਈ। ਤੇ ਇੱਕ ਥੋੜਾ ਜਿਹਾ ਆਪਾਂ ਐਂ ਪੁੱਛਾਂਗੇ ਵਾਹਣ ਬਾਰੇ ਵੀ, ਆਪਣਾ ਡਾਕਰ ਵਾਹਣ ਦੀ ਜਾਂ ਕਿਵੇਂ, ਥੋੜਾ ਜਿਹਾ ਰੇਤੇ ਵਾਲਾ ਵਾਹਣ ਹੈ? ਤਕਰੀਬਨ ਇਹ ਰੇਤੇ ਵਾਲਾ ਵਾਹਣ ਹੀ ਆ ਜੀ। ਠੀਕ ਹੈ। ਹਾਂਜੀ ਹਾਂ, ਬਹੁਤ ਵਧੀਆ ਜੀ। ਤੇ ਤਾਕੜੇ ਵਾਹਣ ਦੇ ਵਿੱਚ ਤਾਂ ਇਹ ਹੋਰ ਵੀ ਵਧੀਆ ਹੋਣਾ। ਠੀਕ ਹੈ। ਬਿਲਕੁਲ ਡਾਕਰ ਵਾਹਣ ਹੋਊਗਾ ਤਾਂ ਹੋਰ ਵੀ ਵਧੀਆ ਹੋਣਾ ਇਹਨਾਂ ਨੇ। ਤੇ ਜਿਵੇਂ ਤੁਸੀਂ ਸੁਣਿਆ ਬਾਈ ਹੋਰਾਂ ਦਾ ਮੱਕੀ ਲੱਗੀ ਇਹਨਾਂ ਦੇ ਖੇਤ, 65 ਦਿਨ ਹੋਏ ਨੇ ਸਿਰਫ ਤੇ ਸਿਰਫ ਇਹਨੂੰ 65 ਦਿਨ ਹੋਏ ਨੇ ਲੱਗੀ ਨੂੰ, ਤੇ ਬਹੁਤ ਸੋਹਣੇ ਰਿਜ਼ਲਟ ਨੇ। ਤੇ ਮੈਂ ਵੀ ਐਂ ਕਹਿਣਾ ਚਾਹੂੰਗਾ ਕਿ ਆਉਂਦੇ ਸਾਲਾਂ ਨੂੰ ਤੁਸੀਂ ਸਾਰੇ ਜਣੇ ਸੀਪੀ 666 ਦਾ ਇੱਕ ਵਾਰੀ ਬੀਜ ਜ਼ਰੂਰ ਟਰਾਈ ਕਰੋ। ਧੰਨਵਾਦ।